ਹਾਂਜੀ ਵੈਲਕਮ ਇੱਕ ਹੋਰ ਨਵੇਂ ਬਲੌਗ ਦੇ ਵਿੱਚ। ਅੱਜ ਕੰਮ ਬਾਵਾ ਨੇਗੇ, ਇੱਕ ਤਾਂ ਘਾਹ ਜਿਹਾ ਬੀਜਣਾ ਪੱਠੇ ਅਤੇ ਬਾਕੀ ਹੋਰ ਕੰਮ। ਚਲੋ ਕਰਦੇ ਹਾਂ ਦਿਨ ਦੀ ਸ਼ੁਰੂਆਤ ਅਤੇ ਮਿਲਦੇ ਹਾਂ। ਲੈ ਵੀ ਕਹਿੰਦੇ ਘਾਹ ਚੱਕੀ ਜਾਂਦੇ ਹਾਂ, ਵੀ ਇਹ ਬੀਜਦੇ ਹਾਂ ਜਾ ਕੇ ਖੇਤ ਅਤੇ ਇਹਨੂੰ ਨਾ ਤੁਹਾਨੂੰ ਦਿਖਾਉਂਦੇ ਹਾਂ। ਪਿਛਲੇ ਸਾਲ ਇੱਥੇ ਬੀਜਦੇ ਸੀਗੇ, ਅੱਗੇ ਮੀਂਹ ਨਾ ਯਾਰ ਖੱਤਾ ਨਹੀਂ ਵਾ ਮਰ ਜਾਂਦਾ, ਫਿਰ ਤਾਂ ਫਿਰ ਬੀਜ ਰੱਖ ਲਿਆ ਸੀ। ਹੁਣ ਕਰਾਂਗੇ ਇਹਨੂੰ, ਉੱਥੇ ਜਾ ਕੇ ਬੀਜਦੇ ਹਾਂ। ਚਲੋ ਮਿਲਦੇ ਹਾਂ। ਲੈ ਵੀ ਮੁੰਡਿਓ ਚੱਲ ਗਏ ਕਹਿੰਦੇ ਖੇਤ ਨੂੰ। ਪੂਰੀ ਫੁੱਲ ਕਰਕੇ ਚੱਲੇ ਹਾਂ ਖੇਤ ਨੂੰ। ਅੱਜ ਤਾਂ ਬਾਹਲੇ ਕਦੇ ਗੇੜ ਪਏ ਹਾਂ ਖੇਤ ਦੇ, ਚੌਥਾ ਪੰਜਵਾਂ ਗੇੜਾ ਖੇਤ ਦਾ। ਪਹਿਲਾਂ ਹਲ ਲੈ ਕੇ ਗਿਆ, ਵਾਹ ਕੇ ਭਾਗਾ ਮਾਰ ਕੇ ਤੇ ਫੇਰ ਘਰੇ ਆਇਆ, ਜਨਰੇਟਰ ਲੈ ਕੇ ਗਿਆ, ਫਿਰ ਪੱਠਿਆਣੀ ਰੇਹੀ ਲੈ ਕੇ ਆਇਆ, ਫਿਰ ਘਰ ਆ ਕੇ ਪੱਠੇ ਕੁਤਰੇ, ਹੁਣ ਪੱਠੇ ਪਾ ਕੇ ਦੁਬਾਰੇ ਫਿਰ ਖੇਤ ਨੂੰ, ਹੁਣ ਜਾ ਕੇ ਜਨਰੇਟਰ ਚਲਾਉਂਦੇ ਹਾਂ। ਜਾਣੀ ਕਿ ਸਾਰਾ ਦਿਨ ਅੱਜ ਆਈ ਨਾ ਗਿਆ ਮੇਰੇ ਤੋਰੇ 'ਚ। ਹੁਣ ਸਾਡਾ ਲੂਪ ਪਾਟ ਗਿਆ, ਘਰੇ ਤਾਂ ਘਰੇ ਕੀ ਬੰਦਾ ਔਖਾ। ਲੈ ਵੀ ਮੁੰਡੇ ਪੱਠੇ ਦਿੱਤੇ ਬੀਜ, ਘਾਹ ਬੀਜਤਾ ਤੇ ਹੁਣ ਪਾਣੀ ਲਈ ਜਾਂਦੇ ਹਾਂ। ਨੱਕਾ ਚੈੱਕ ਕਰੋ ਕਿੰਨਾ ਔਖਾ ਲਾਇਆ, ਜਿਵੇਂ ਖੱਤੇ ਚ ਉੱਚੇ ਪਾਣੀ ਚੜਾਉਣਾ ਬੜਾ ਔਖਾ। ਲੈ ਵੀ ਕਹਿੰਦੇ ਕੱਲ ਬਲੌਗ ਵਿੱਚ ਰਹਿ ਗਿਆ, ਖੇਤੋਂ ਆ ਗਏ, ਟਾਈਮ ਨਹੀਂ ਲੱਗਾ ਦੁਬਾਰੇ ਬਣਾਉਣ ਦਾ ਅਤੇ ਕਹਿੰਦੇ ਜੀ ਪੇਟੀ ਖੋਲਣ ਲੱਗੇ ਹਾਂ, ਇਹਨਾਂ ਹਿਲਦੀ ਆ ਆਹ ਨੜ ਦੁੱਟ ਲਿਆ, ਬਾਹਰ ਦੀ ਪੰਗੇ ਪੁੰਗੇ ਲੈ ਕੇ ਦੇਖੇ ਕਾਸ ਨਹੀਂ ਹੋਇਆ ਬਾਹਰ। ਚਲੋ ਖੁੱਲ੍ਹ ਗਏ ਪੇਟੀ ਅਤੇ ਮਿਲਦੇ ਹਾਂ ਤੁਹਾਨੂੰ। ਇਹ ਬੜਾ ਸੌਖਾ ਸਿਆਪਾ ਖਾਨਾ ਯਾਰ ਕਰਨਾ। ਲੈ ਵੀ ਕਹਿੰਦੇ ਮਸਲਾ ਜ਼ਿਆਦਾ ਵਿਗੜ ਗਿਆ, ਵਾਹਵਾ ਟੱਕਰਾਂ ਮਾਰੀਆਂ ਪਰ ਬੂਫਰ ਦੇ ਨਾਟ ਨਹੀਂ ਖੁੱਲ੍ਹ ਰਹੇ, ਯੂ ਆ ਜਾਂਦੀ ਵਿੱਚ ਅਤੇ ਹੁਣ ਸੁੱਖ ਨੂੰ ਲਾਇਆ ਫੋਨ, ਮੈਂ ਕਿਹਾ ਆ ਵੀ ਸ਼ੇਰਾ ਲਾਈਏ, ਹੁਣ ਆ ਵੀ ਵੜਦ ਗਏ ਚੱਕ। ਬਾਕੀ ਤਾਂ ਇੱਥੇ ਤਾਂ ਕੁਝ ਖਾਸ ਨਹੀਂ, ਆ ਤਾਂ ਨਹੀਂ ਆ ਲੋੜ ਹੀ ਨਹੀਂ ਪੈਣੀ, ਲੱਗ ਜੂ ਥੱਲੇ ਲੱਗ ਜੇ। ਇਹ ਕਿਤੇ ਸਾਹਮਣੇ ਸੌਖੇ ਪਏ ਆ, ਸੌ ਸਿਆਪਾ ਦੋ ਨੜਾਂ ਦੀ ਖਾਤਰ ਸਾਰਾ ਖੋਲ ਖਲਈਆ ਕਰਨਾ ਪੈ ਗਿਆ। ਮੈਂ ਨਾ ਹੁਣ ਲਾਈਟਾਂ ਵੀ ਲਾ ਦੇ ਦੋ ਤਾਂ ਹਾਂ ਜੜ ਦੇ ਨਾ
ਬੂਫਰਾਂ ਵਾਲੀਆਂ ਤਾਰਾਂ ਦੇ ਵਿੱਚੋਂ ਜਾਂ ਯੂ ਜਿਹੜੀ ਜਾਂਦੀ ਆਪਣੀ ਬਾਹਰ ਲਾਈਟ, ਵੇਖਦੇ ਹਾਂ ਸਲੈਸ਼ਰ ਜੇ ਲਾਉਂਦੇ ਕੋਈ ਮੂਡ ਬਣੇ 'ਤੇ ਆ। ਬਾਕੀ ਤਾਂ ਡਿਪੈਂਡ ਕਰਦਾ ਮਾਹੌਲ 'ਤੇ ਕੀ ਕਰਨਾ ਸਾਨੂੰ ਖੁਦ ਨਹੀਂ ਪਤਾ। ਕਹਿੰਦੀ ਆ ਲੀਕ ਹੋ ਗਈ ਤਹਿਸੀਲ ਆਦੇ, ਇਹ ਵੀ ਵੇਖਦੇ ਹਾਂ ਬਦਲਦੇ ਹਾਂ। ਪਹਿਲਾਂ ਆਹ ਕਰਕੇ ਟਾਈਮ ਹੈ ਪੈਪ ਜੀ ਚੇਂਜ, ਇਹ ਗੱਲ ਇਹਦੇ ਨਾਲ ਭੱਠੀ ਨਾਲ ਲੱਗ ਗਈ, ਇਹ ਲੱਗੂ ਇਹ ਵੀ ਹੁਣ ਇੱਥੋਂ ਨਿਕਲ ਕੇ ਅੱਗੇ ਪਤਾ ਨਹੀਂ ਯਾਰ ਕਿਵੇਂ ਪਈ ਸੀ। ਬਾਕੀ ਤਾਂ ਚੱਲ ਸੈੱਟ ਆ ਕੰਮ। ਆ ਜਾ ਮੁੰਡਿਆ, ਕੁੱਤੇ ਦੀ ਫੋਟੋ ਘੈਂਟ ਲੱਗਦੀ ਨਾ। ਮੈਂ ਦੇਖ ਲਾ 3 ਸਾਲ ਹੋਣ ਵਾਲੇ ਆ, ਨਾ ਐਂਪ ਅਤੇ ਨਾ ਅੱਜ ਤੱਕ ਕਦੇ ਆਹ ਖੋਲ੍ਹੇ ਸੀਗੇ। 3 ਸਾਲਾਂ ਬਾਅਦ ਲਾਈ ਹੋਈ, 3 ਸਾਲ ਬਾਅਦ ਆ ਪੇਟੀ, ਉਹ ਵੀ ਕਿਉਂ ਸਾਲੇ ਆਹ ਨਟ ਦੋ ਢਿੱਲੇ ਹੋ ਗਏ ਦੇਖ ਲਾ ਸਾਰਾ ਪੱਕਾ। ਇੱਥੋਂ ਹੀ ਪਤਾ ਲੱਗਦਾ ਕੰਮ ਚੋਰਾਂ ਸਿਰੇ ਦਾ ਤੂੰ। ਕਿਉਂ ਬੰਦੇ ਨੂੰ ਹੱਥ ਪੱਲਾ ਮਾਰਦੇ ਰਹਿਣਾ ਚਾਹੀਦਾ, ਸੰਦ ਸਮਾਰ ਕੇ ਰੱਖਣਾ ਚਾਹੀਦਾ। ਉਹ ਨਹੀਂ ਹੁਣ ਜਿੱਦੇ ਢਿੱਲਾ ਹੋਇਆ ਕੱਲ੍ਹ ਢਿੱਲਾ ਹੋਇਆ, ਜੇ ਯਾਰ ਢਿੱਲਾ ਹੋਣ ਦੀ ਲੋੜ ਹੀ ਨਾ ਪਵੇ ਉਹਨੂੰ ਚੀਜ਼ ਨੂੰ, ਜਦੋਂ ਹੱਥ ਫਿਰ ਮਾਰੀ ਆ ਦੇਖ ਲਾ ਜੰਗਾਲ ਕੱਡਾ ਕੱਡਾ ਚੜਿਆ। ਜੰਗਾਲ ਹੋਣੇ ਤਾਂ ਵਿੱਚ ਆਇਆ, ਪੱਤੀ ਬਾਹਰਲੀ ਸਾਈਡ ਆ, ਬਾਹਰਲੀ ਸਾਈਡ ਪਾਣੀ ਬਰੇ ਪਾਣੀ ਪੈਂਦਾ ਨਾ ਜਦੋਂ ਮੀਂਹ ਦਾ, ਉਦੋਂ ਇਹ ਜੰਗਾਲ ਹੀ ਲੱਗਣਾ। ਉੱਤੇ ਉੱਤੇ ਢੱਕ ਕੇ ਰੱਖਿਆ ਕਰੋ ਯਾਰ ਸੰਦ ਸਮਾਂ, ਛੱਤ ਥੱਲੇ ਖੜਾਇਆ ਕੇ ਇਹਦਾ ਫੇਰ ਆ ਛੱਤ ਥੱਲੇ ਹੁੰਦਾ। ਆਹ ਕਿਹੜੀ ਛੱਤ ਆ, ਮਾਰਨਾ ਨੀ ਲੀੜਾ ਲੱਤਾ ਤਾਂ ਤੂੰ ਨੀ ਹੁੰਦਾ ਸਾਫ਼। ਹੁਣ ਤੂੰ ਕਹੇਗਾ ਬੂਫਰ ਦੇ ਵਿੱਚ ਵੀ ਮਿੱਟੀ ਆ, ਹੈਂ ਚੱਲ ਜੋ ਤੇ ਘੋੜਾ ਲੈ ਕੇ ਚੱਲੀਏ। ਹੈਂ ਹਟਗੀ ਹਟਗੀ, ਨਹੀਂ ਨਹੀਂ ਮਾੜਾ ਜਿਹਾ ਹੈਗਾ, ਚੱਲ ਕੀ ਲੱਗਦਾ ਮੈਨੂੰ ਮੈਂ ਪਾਈ ਸੀ ਚੱਲ ਹੀ ਜਾਣੀ ਆ। ਕਿਹਦੇ ਨਾਲ ਕਲੈਬ ਕਿਹਦੇ ਨਾਲ ਆਇਆ ਦੇਖ ਤੂੰ, ਉਹ ਤਕੜੇ ਪੀਜ ਬਾਈ। ਹਾਂ 100 ਮਿੰਟਾਂ ਕਰਨੀਆਂ ਪੈਂਦੀਆਂ ਵੀ ਬੰਦੇ ਦੀ, ਮਿਹਨਤ ਤਾਂ ਕੋਈ ਨਹੀਂ ਕਰਾਉਂਦਾ ਘਰੀ ਅਗਲੇ ਦੀ। ਮਜ਼ਾਕ ਕਰਦਾ ਸੀਰੀਅਸ ਇੰਨਿਆਂ ਲੈ ਜੀ, ਆਪਣੀਆਂ ਤਾਂ ਫ੍ਰੀ 'ਚ ਕਰਿਆ ਕਰਨੀਆਂ ਨੇ, ਪੇਡ ਪ੍ਰਮੋਸ਼ਨ ਲਿਖਣਾ ਉਹਦੇ ਜਾ ਕੇ ਲਿਖ ਦੇਣਾ, ਲਿਖ ਦੇਣਾ ਆਪਾਂ ਕੁਛ ਨਹੀਂ ਹੁੰਦਾ। ਜਾਨੀ ਜੀ ਲਾਉਣੀ ਪਹਿਲਾਂ ਤਾਂ ਗਾਣਾ, ਇਹ ਗਰਮ ਬਹੁਤ ਆ, ਕਿਹੜਾ ਪੀਜ ਲੈ ਕੇ ਰਹਿ ਗਿਆ ਐਵੇਂ ਨਾ ਪੱਟ ਦੀ ਭਰਾਵਾ, ਪੇਜ ਪੂਜ ਖੋਲ ਕੇ ਦੇਖ ਲਾ ਕੋਈ ਲੱਗਾ ਲੱਗਾ ਰਹਿ। ਬਾਲਾ ਫ੍ਰੀਜ ਹੋਇਆ ਨਾਲ, ਬਹੁਤ ਪਿਆਰੀ ਵਾਲਾ ਵਧਿਆ ਪਿਆ ਆ ਤੇ ਬਸ, ਤਾਂ ਹੀ ਉਹ ਤਾਂ ਕਹਿੰਦਾ ਨਹੀਂ ਹੈਗਾ ਓਏ ਪੇਜ ਲੈ, ਉਹ ਦੇ ਕੱਡਾ ਪੇਜ ਇੱਥੋਂ ਮੈਨੂੰ ਕੈਮਰੇ ਵਿੱਚ ਦੀ ਦਿੰਦਾ ਆ ਪੇਜ ਆ ਇੱਥੇ ਆ ਦਿੰਦਾ ਵੀਰੇ, ਲੱਗੀ ਸੀ ਭੁੰਡੀ ਜੀ ਨਹੀਂ ਦਿੰਦਾ ਔਰੋਂ ਦਿੰਦਾ। ਚੱਲ ਬਾਈ ਬਾਕੀ ਤੁਸੀਂ ਮੰਨੋ ਚਾਹੇ ਨਾ ਮੰਨੋ, ਇੱਕ ਪੇਜ ਨਾ ਸੁੱਖ ਇੱਥੇ ਪਿਆ ਸੀ ਨਾ ਜਿੱਥੇ ਤੂੰ ਬੈਠਾ। ਹਾਂ ਬੈਠ ਪਿਆ ਪਿਆ ਨਾ, ਲਾ ਠੀਕ ਹੋਈ ਸੁੱਖ ਉਹ ਅੰਦਰ ਉਹਦਾ ਸਾਫ ਹੀ ਪਿਆ ਓਏ ਰਸਟ ਕਿੰਨਾ ਓਏ ਤਾਂ ਹੋਈ ਗਿਆ ਵਾ ਥੱਲ ਉਹ ਕਹਿੰਦਾ ਉਹ ਥੱਲੋਂ ਪੇਟੀ ਰਸਟ ਨਹੀਂ ਗਿਆ ਪਈ ਹੋਈ ਵੀ ਪੈਣੀ ਆ। ਜਾ ਤੁਹਾਨੂੰ ਦੱਸਿਆ ਵੈ ਕਿੰਨੇ ਰੀਜਨ ਤੈਨੂੰ ਦੱਸਿਆ ਮੈਂ, ਉਹ ਕੱਪੜਾ ਫੜਾਈ ਵਿੱਚੋਂ, ਅਰੇ ਫੜ ਵਿੱਚੋਂ ਵਿੱਚੋਂ ਹੀ ਵੀਰੇ, ਹੁਣ ਮੱਛਰ ਦੇਖੋ ਕੱਡਾ, ਬਲੌਕ ਕਰਦੇ ਬੰਦ ਤੇ ਆ ਜਾ ਬੰਦਿਆਂ ਵਾਂਗੂ ਵਿੱਚ ਚਾਬੀ ਪਾ ਕੇ ਪਾ, ਚਾਬੀ ਪਾ ਕੇ ਪਾਵਾਂ ਕਦੇ ਮੱਝ ਚੋ ਕਦੇ ਦੁੱਧ ਪਾ, ਬਲੌਗ ਕੀ ਸਲਾਹ ਬਣਾਉਣੇ ਆ ਸਾਰੀ ਦਿਹਾੜੀ ਤਾਂ ਇਹਨਾਂ ਜਿੱਤਾਂ ਦੇ ਨਾਲ ਆਉਂਦੀ ਆ। ਮੈਂ ਸਾਡਾ ਬਲੌਗ ਚੱਲਣ ਲੱਗਿਆ, ਸਿਮਰ ਤੋਂ ਦੂਜੀ ਲਿਆਉਣੀ ਸੀ ਕੀ ਡਰਾਲੀ ਦੀ ਟੀ ਟੀ ਕਰਕੇ ਚੱਲਦੀ। ਹਾਂ
ਗਿਣ ਲੈ ਤੂੰ ਹੁਣ ਕਿੰਨੇ ਕਰੇ ਨੇ ਸਹੀ ਹੈ ਦੇਖ ਵਿਚਾਲੇ ਜਿਹਾ ਮੂੰਹ ਜਿਹਾ ਆ ਠੀਕ ਆ ਨਾ ਹੁਣ ਪੱਦ ਆ ਗਿਆ ਨਾ ਹੁਣ ਵੈਰੀਫਿਕੇਸ਼ਨ ਡਨ ਹੋ ਗਈ ਮੈਂ ਇੱਕ ਗੱਲ ਤਾਂ ਬਾਈ ਦੇਖੀ ਆ ਤਲਵੰਡੀਆਂ ਵਾਲੇ ਜਿਹੜਾ ਲੱਛਣ ਜੇ ਵਾਲੇ ਕਰਨ ਦੀ ਆਦਤ ਹੈ ਇਹਨਾਂ ਨੂੰ ਮੰਨਦਾ ਨਾ ਇਹ ਗੱਲ ਤੂੰ ਵੀ ਮੰਨਦੇ ਵੀਰੇ ਸਾਡੇ 'ਚ ਟੈਲੈਂਟ ਆ ਪਤਾ ਹੀ ਆ ਤੈਨੂੰ ਪਤਾ ਹੀ ਆ ਤੈਨੂੰ ਪਤਾ ਹੀ ਆ ਦੱਸਣ ਦੀ ਲੋੜ ਨਹੀਂ ਸਾਨੂੰ ਆ ਨਾ ਭਾਈ ਭੂਈ ਵਿੱਚ ਆਪਣੀ ਆਡੀਅੰਸ ਨੇ ਡਿਸਟਰੈਕ ਹੋਣਾ ਜਾ ਭਰਾਵਾ ਨਾਲ ਹੀ ਚੱਲ ਮੇਰੇ ਬਾਈ ਬਲੌਗ ਚ ਦਿਖਾ ਦੂਗੇ ਸੱਟ ਵੀ ਖਾ ਲਈ ਯਾਰ ਓ ਮਾਈ ਗੋਡ ਤੂੰ ਮੱਚ ਖੂਨ ਨਿਕਲਿਆ ਨਿਕਲਿਆ ਵੀ ਨਹੀਂ ਫੇਰ ਤੂੰ ਕਹਿ ਤੂੰ ਕਹਿੰਦਾ ਮੈਂ ਬਲੌਗ ਚ ਦਿਖਾ ਵੀ ਬੰਦੇ ਨੇ ਸੱਟ ਖਾ ਲਈ ਸੱਟ ਦਿਖਾ ਮੈਂ ਤੈਨੂੰ ਦਿਖਾਉਣਾ ਸੀਗਾ ਵੀ ਵੇਖ ਵੀ ਇੱਕ ਨਾਟ ਕਸਮ ਦੀ ਖਾਤਰ ਦੋ ਪਹਿਲਾਂ ਬੂਫਰ ਲਾਇਆ 12 ਨਾਟ ਬੂਫਰ ਦੇ ਖੋਲੇ ਆ 12 ਹੀ ਹੋ ਗਏ ਆਹੋ 8000 ਪਰ ਇੱਕ ਅੱਧਾ ਘੱਟ ਵੱਧ ਹੋ ਸਕਦਾ ਤੋਹ ਲੱਗ ਰਿਹਾ ਸਾਲਾ ਨਖਰੇ ਜੀ ਸੱਚੀ ਲੱਗ ਰਿਹਾ ਸੈਲਤ ਜੀ ਨਹੀਂ ਹੁੰਦੀ ਜਾ ਵੇ ਹਾਂ ਕਿਵੇਂ ਮੋਹ ਪਿਆਰ ਕਰੀ ਬੈਠੀ ਇਹਦੇ ਨਾਲ ਮੈਂ ਤਾਂ ਮੇਰੇ ਜੱਗ ਤੈਨੂੰ ਦੱਸੀ ਆਹ ਨਾਲ ਪਾਣੀ ਜਿਹਾ ਉਹ ਪੈ ਹੀ ਜਾਂਦਾ ਇਹਨਾਂ ਚੇਰ ਉਹ ਪੈ ਕਿਵੇਂ ਪੈ ਜਾਂਦਾ ਬਈ ਜਦੋਂ ਹਨਾ ਆਪਾਂ ਕੱਪੜਾ ਦੇ ਕੇ ਰੱਖੀ ਉੱਤੇ ਹਨਾ ਪੱਟੀ ਗਈ ਆ ਵੀ ਤੁਸੀਂ ਕਰਨ ਲਾਇਆ ਮੈਨੂੰ ਐ ਓਹੋ ਮਾੜੀ ਹੋ ਗਈ ਵੀਰੇ ਆਪਾਂ ਨੂੰ ਖਰਾਬ ਕਰ ਸਾਹਮਣੇ ਹੋਈ ਆ ਗੱਲ ਠੀਕ ਹੈ ਨਾ ਹੁਣ ਜੇ ਮੁੱਕਰੇ ਜਾਂ ਮੈਂ ਤਾਂ ਖੋਇਆ ਮੈਂ ਨਹੀਂ ਦਿੰਦਾ ਹੁਣ ਫੋਨ ਮੈਂ ਤਾਂ ਦੇਣਾ ਨੀ ਭੁੱਲ ਜਾ ਗਾਉਣਾ ਕਹਿੰਦੇ ਤੂੰ ਕਹਿ ਠੀਕ ਆ ਇੱਧਰ ਦੇਖ ਗੱਲ ਹੋ ਗਈ ਨਾ ਪੱਕੀ ਹੈ ਨਾ ਜਵਾਨ ਤਰ੍ਹਾਂ ਕਰੀ ਨਾ